ਕੈਪਟਨ ਮਰਿੰਦਰ ਸਿੰਘ ਜੀ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਜਿਹੜੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਆ ਉਹ ਵੀ ਅਨਾਉਂਸਮੈਂਟ ਕਰਕੇ ਗਏ ਸੀ ਪਰ ਬੜੇ ਥੁੱਕ ਨਾ ਨਹੀਂ ਪੱਕਦੇ ਬੜੇ ਘਿਓ ਨਾਲ ਬਣਦੇ ਆ ਤੇ ਅੱਜ ਸਰਕਾਰ ਦੇ ਹਾਲਾਤ ਕੈਸੇ ਆ ਬਹੁਤ ਵੱਡੇ ਵੱਡੇ ਵਾਅਦੇ ਹੁਣ ਕੈਪਟਨ ਮਰਿੰਦਰ ਸਿੰਘ ਜੀ ਕਿਉਂਕਿ ਐਮਪੀ ਦੀ 2019 ਇਲੈਕਸ਼ਨ ਆ ਰਹੀ ਹੈ ਵਿਧਾਨ ਸਭਾ 2017 ਇਲੈਕਸ਼ਨ ਤੋਂ ਪਹਿਲਾਂ ਕਿੱਡੇ ਵਾਅਦੇ ਕੀਤੇ ਸੀ ਕਿਸਾਨਾਂ ਦਾ ਕਰਜ਼ਾ ਮਾਫ ਹਰ ਘਰ ਦੇ ਵਿੱਚ ਜਿੱਥੇ ਪੁੱਤ ਹੈ ਨਹੀਂ ਉੱਥੇ ਧੀ ਨੂੰ ਨੌਕਰੀ ਮਤਲਬ ਹਰ ਘਰ ਦੇ ਵਿੱਚ ਨੌਕਰੀ ਨੌਜਵਾਨਾਂ ਨੂੰ ਮੋਬਾਈਲ ਫੋਨ 2500 ਰੁਪਿਆ ਪੈਨਸ਼ਨ ਕਿੱਡੇ-ਕੱਡੇ ਵਾਅਦੇ ਕਰਕੇ ਗਏ ਸੀ ਤੇ ਪੂਰਾ ਕਿਹੜਾ ਹੋਇਆ ਤੇ ਅੱਜ ਇੱਕ ਪਾਸੇ ਪੰਜਾਬ ਸਰਕਾਰ ਦੀ ਆਰਥਿਕ ਸਥਿਤੀ ਖਜ਼ਾਨੇ ਦੀ ਕਿ ਐਸੀ ਹੈ ਕਿ ਸਰਕਾਰੀ ਮੁਲਾਜ਼ਮਤ ਨੂੰ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਹੈਗੇ ਤੇ ਮੈਂ ਕਿਵੇਂ ਮੰਨ ਲਾਂ ਵੀ ਕੈਪਟਨ ਮਰਿੰਦਰ ਸਿੰਘ ਦੀ 360 ਕਰੋੜ ਰੁਪਿਆ ਸ਼ਹਿਰ ਨੂੰ ਦੇਗੇ 3600 ਕਰੋੜ ਰੁਪਿਆ ਜ਼ਿਲ੍ਹੇ ਨੂੰ ਦੇਗੇ ਕਾਣੀਏ ਘੋੜੇ ਚੜੇ ਦਾ ਜਾਣੀਏ ਪੰਜਾਬੀ ਦੀ ਕਹਾਵਤ ਹੈਗੀ ਆ ਕਾਣੀਏ ਘੋੜੇ ਚੜੇ ਦਾ ਜਾਣੀਏ ਜਦੋਂ ਪੈਸੇ ਆਉਣਗੇ ਨਾ ਉਦੋਂ ਦੇਖਾਂਗੇ ਉਦੋਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜੇ 360 ਕਰੋੜ ਰੁਪਇਆ ਸਾਡੇ ਸ਼ਹਿਰ ਵਾਸਤੇ ਸੜਕਾਂ ਵਾਸਤੇ ਪੁਲਾਂ ਵਾਸਤੇ ਆਏਗਾ ਫਿਰ ਅਸੀਂ ਉਦੋਂ ਧੰਨਵਾਦ ਕਰਾਂਗੇ ਪਰ ਅੱਜ ਇਹ ਸਿਰਫ ਤੇ ਸਿਰਫ ਇਹਨਾਂ ਦਾ ਸ਼ੋਸ਼ਾ ਇਹਨਾਂ ਦਾ ਸਿਰਫ 2019 ਲੋਕ ਸਭਾ ਦੀ ਇਲੈਕਸ਼ਨ ਵਾਸਤੇ ਇੱਕ ਸਿਰਫ ਢੰਡੋਰਾ ਪਿੱਟ ਕੇ ਗਿਆ ਦੇਣਾ ਇਹਨਾਂ ਨੇ 360 ਪੈਸੇ ਨਹੀਂ ਆਣੇ ਦੇਣੇ ਸ਼ਹਿਰ ਨੂੰ ਕਮੈਨੇਜ ਨੂੰ ਦੋ ਕਰੋੜ ਕਰੋੜ ਦਾ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਕਾਣੀਏ ਘੋੜੇ ਚੜੇ ਤਾਂ ਜਾਣੀਏ ਦੋ ਕਰੋੜ ਐਮਐਲਏ ਵਾਲਾ ਵੀ ਵਿੱਚੇ ਹੀ ਆ ਗਿਆ ਮੈਂ 360 ਕਰੋੜ ਇਕੱਠਾ ਹੀ ਗਿਣਦਾ ਤੁਸੀਂ ਹੁਣ ਕੱਲਾ-ਕੱਲਾ ਪੁੱਛਣਾ ਮੈਂ ਕੱਲਾ ਦੱਸ ਦਿੰਨਾ ਤੁਹਾਨੂੰ ਲੱਗਦਾ ਪੈਸੇ ਆਉਣਗੇ ਕਿੱਥੋਂ ਦੋਸਤੋ ਅਸੀਂ ਰਾਜਸਥਾਨ ਦੇ ਕੋਲੋਂ ਪਾਣੀ ਦੀ ਕੀਮਤ ਦੇ ਪੈਸੇ ਲੈਣੇ ਆ ਕੈਪਟਨ ਮਰਿੰਦਰ ਸਿੰਘ ਨੂੰ ਪਿੱਟ-ਪਿੱਟ ਮਾਰ ਕੇ ਹਰ ਸੈਸ਼ਨ ਦੇ ਵਿੱਚ ਮੈਂ ਭੁੰਜੇ ਬੈਠ ਜਾਂਦਾ ਵੀ ਕੈਪਟਨ ਸਾਹਿਬ ਆ ਪੈਸੇ ਮੰਗਾ ਲਓ ਕਾਨੂੰਨ ਬਣ ਚੁੱਕਿਆ ਬਿੱਲ ਪਾਸ ਹੋ ਗਿਆ 16 ਨਵੰਬਰ 2016 ਨੂੰ ਜਾਂ ਕੈਪਟਨ ਮਰਿੰਦਰ ਸਿੰਘ ਕੋਈ ਸੋਰਸ ਆਫ ਇਨਕਮ ਦੂਸਰਾ ਦਸਤਣ ਫਿਰ ਅਸੀਂ ਕਹਿ ਦਾਂਗੇ ਵੀ ਅਸੀਂ ਰਾਜਸਥਾਨ ਤੋਂ ਪੈਸੇ ਨਹੀਂ ਲੈਣੇ ਅਸੀਂ ਦਿੱਲੀ ਹਰਿਆਣੇ ਵਾਲਿਆਂ ਤੋਂ ਪੈਸੇ ਨਹੀਂ ਲੈਣੇ ਜਿਹੜੀ ਚੀਜ਼ ਵਿਧਾਨ ਸਭਾ ਦੇ ਵਿੱਚ ਪਾਸ ਹੋ ਚੁੱਕੀ ਆ ਕਾਨੂੰਨ ਬਣ ਚੁੱਕਿਆ ਕੈਪਟਨ ਮਰਿੰਦਰ ਸਿੰਘ ਦੀ ਕਿਹੜੀ ਮਜਬੂਰੀ ਆ ਤੇ ਅੱਜ 2-2 ਕਰੋੜ ਰੁਪਇਆ ਤੁਸੀਂ ਐਮਐਲਏ ਨੂੰ ਕਹਿ ਲਓ 360 ਕਰੋੜ ਰੁਪਇਆ ਸ਼ਹਿਰ ਨੂੰ ਕਹਿ ਲਓ 3600 ਕਰੋੜ ਰੁਪਇਆ ਜ਼ਿਲ੍ਹੇ ਨੂੰ ਕਹਿ ਲਓ ਇਹ ਸਭ ਗੱਲਾਂ ਜਿਹੜੀਆਂ ਨੇ ਫਰੇਵ ਝੂਠ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਗੁਟਕਾ ਪਵਿੱਤਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਚਾਰ ਹਫ਼ਤਿਆਂ ਦੀ ਸੌਤ ਚਾਗੇ ਸੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਲ ਦੇ ਵਿੱਚ ਝੂਠ ਬੋਲਣ ਦੀ ਬਹੁਤ ਵੱਡੀ ਪੱਦਰ ਤੇ ਗੱਪਾਂ ਛੱਡਣ ਦੀ ਆਦਤ ਪਈ ਹੋਈ ਹੈ ਇਹ ਵੀ ਇੱਕ ਬਹੁਤ ਵੱਡੀ ਗੱਪ ਹੈਗੀ ਹੈ ਕੈਪਟਨ ਅਮਰਿੰਦਰ ਜੀ ਭਗਵੰਤ ਜੀ ਇਹਰਾ ਸਾਡੇ ਨਾਲ ਇੱਕ ਦੋ ਦਿਨਾਂ ਵਿੱਚ ਮੁਲਾਕਾਤ ਕੀਤੀ ਜਾਊਗੀ ਉਹ ਬੈਕਸੋਰਟੇ ਨਜ਼ਰ ਆ ਰਹੇ ਨੇ ਮੈਂ ਭਗਵੰਤ ਮਾਨ ਸਾਡਾ ਭਰਾ ਮੈਂ ਬੜੀ ਬਾਰੀ ਉਹਨੂੰ ਅਪੀਲ ਕੀਤੀ ਆ ਵੀ ਬਜ਼ੁਰਗਾਂ ਦਾ ਕਹਿਣਾ ਕੀ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜਾਏ ਉਹਨੂੰ ਭੁੱਲਿਆ ਨਹੀਂ ਗਣਦੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਤੁਹਾਨੂੰ ਦਿੱਲੀ ਦੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤੁਹਾਨੂੰ ਪੰਜਾਬੀਆਂ ਨੇ ਵੋਟਾਂ ਪਾਈਆਂ ਨੇ ਆਵਾਜ਼ੇ ਖਲਕ ਨਗਾੜਾ ਇਹ ਖੁਦਾ ਮੈਂ ਭਗਵੰਤ ਮਾਨ ਨੂੰ ਸਾਡਾ ਭਰਾ ਹੈਗਾ ਬੜੀ ਬਾਰੀ ਅਪੀਲ ਕੀਤੀ ਆ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆਜੇ ਉਹਨੂੰ ਭੁੱਲਿਆ ਨਹੀਂ ਗਣਦੇ ਵਾਪਸ ਆਇਆ ਭਗਵੰਤਮਾਨ ਉਹ ਸੁਖਪਾਲ ਖੈਰਾ ਨੂੰ ਭਰਾ ਦੱਸ ਕੇ ਗੱਲ ਕਰ ਰਿਹਾ ਬੜੀ ਚੰਗੀ ਗੱਲ ਹੈਗੀ ਆ ਮੈਂ ਤਾਂ ਮੇਰੇ ਤਾਂ ਐਵੇਂ ਗੱਲ ਪੈਂਦੇ ਆ ਵੀ ਬੈਂਸ ਨੇ ਸਾਡੀ ਪਾਰਟੀ ਤੋੜਦੀ ਮੈਂ ਤਾਂ ਹੁਣ ਕਹਿੰਦਾ ਵੀ ਇਕੱਠੇ ਹੋ ਜਾਣ ਸਾਨੂੰ ਬੜੀ ਖੁਸ਼ੀ ਆ ਇਕੱਠੇ ਹੋ ਕੇ ਪੰਜਾਬ ਵਾਸਤੇ ਪੰਜਾਬ ਦੇ ਅੰਦਰ ਜਿਹੜੀਆਂ ਮਾੜੀਆਂ ਹਾਲਤਾਂ ਨੇ ਪੰਜਾਬ ਦੇ ਅੰਦਰ ਜਿਹੜਾ ਮਾਫੀਆ ਬਣਿਆ ਹੋਇਆ ਹੈ ਪੰਜਾਬ ਦੇ ਅੰਦਰ ਜਿਹੜਾ ਰਿਸ਼ਵਤ ਖੋਰੀ ਦਾ ਬੋਲਬਾਲਾ ਉਹਦੇ ਵਰ ਖਿਲਾਫ ਇਕੱਠੇ ਹੋ ਜਾਣ ਮੇਰਾ ਮਨ ਤੇ ਦਿਲ ਪੂਰਾ ਖੁਸ਼ ਤੁਸੀਂ ਗੱਲਬੰਦਨ ਕਰੋਗੇ ਇਹ ਗਠਜੰਦਨ ਦੀ ਤਾਂ ਅਲੱਗ ਗੱਲ ਰਹਿ ਗਈ ਮੈਂ ਤਾਂ ਉਹਨਾਂ ਦੀ ਪਾਰਟੀ ਦਾ ਤੁਸੀਂ ਸਵਾਲ ਕੀਤਾ ਮੈਂ ਉਹਦਾ ਜਵਾਬ ਦੇ ਰਿਹਾ ਵੀ ਜੇ ਭਗਵੰਤ ਮਾਨ ਅੱਜ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਅੱਜ ਭਗਵੰਤ ਮਾਨ ਵਾਪਸ ਆਏ ਕਿਉਂਕਿ ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਮੱਛੀ ਪੱਥਰ ਚੱਟ ਕੇ ਵਾਪਸ ਆਈ ਹੈ ਤੇ ਜੇ ਸਵੇਰ ਦਾ ਭੁੱਲਿਆ ਫੇਰ ਕਹੂੰ ਸ਼ਾਮ ਨੂੰ ਘਰੇ ਵਾਪਸ ਆ ਗਿਆ ਭੁੱਲਿਆ ਨਹੀਂ ਭਗਵੰਤ ਮਾਨ ਫੇਰ ਮੈਂ ਕਹੂੰਗਾ ਕਿ ਉਹ ਪੰਜਾਬੀਆਂ ਦੇ ਕਹੇ ਤੇ ਜੇ ਸੁਖਪਾਲ ਖੈਰਾ ਹੋਰਾਂ ਦੇ ਨਾਲ ਸੁਲਾਹ ਕਰਨੀ ਚਾਹੁੰਦਾ ਤੇ ਬਹੁਤ ਚੰਗੀ ਗੱਲ ਹੈ। ਕੀ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਕਿ ਰਾਜੋਨਾਂ ਦੀ ਜਿਹੜੀ ਆ ਸਜ਼ਾ ਦੇ ਵਿੱਚ ਮਾਫੀ ਨਹੀਂ ਆਉਣੀ ਚਾਹੀਦੀ। ਕੈਪਟਨ ਮਰਿੰਦਰ ਸਿੰਘ ਅਸਲ ਦੇ ਵਿੱਚ ਡੈਵਲ ਸਟੈਂਡਰਡ ਗੇਮ ਖੇਡਦਿਆ ਹਰ ਹੱਥ ਦੇ ਵਿੱਚ ਉਹ ਲੱਡੂ ਰੱਖ ਕੇ ਰਾਜਨੀਤੀ ਕਰਨਾ ਚਾਹੁੰਦੇ ਇੱਕ ਪਾਸੇ ਕਦੇ ਐਸੀ ਸਟੇਟਮੈਂਟ ਦੇ ਦੇਣ ਜਿਹਦੇ ਨਾਲ ਪੰਜਾਬ ਦੇ ਅੰਦਰ ਉਹ ਫੋਰਸਸ ਖੁਸ਼ ਹੋ ਜਾਣ ਜਿਹੜੇ ਥੋੜਾ ਜਿਹਾ ਗਰਮ ਸੁਰ ਵਾਲੇ ਹੈਗੇ ਆ ਕੈਪਟਨ ਮਰਿੰਦਰ ਸਿੰਘ ਉਹਨਾਂ ਨਾਲ ਵੀ ਵਿਗਾਰ ਨਹੀਂ ਨੀ ਚਾਹੁੰਦੇ ਜਿਵੇਂ ਤ੍ਰਿਪਤ ਰਜਿੰਦਰ ਬਾਜਬਾ ਨੂੰ ਬਰਗਾੜੀ ਦੇ ਵਿੱਚ ਮੇਰਾ ਖਿਆਲ 75ਵਾਂ ਦਿਨ ਚੱਲ ਪਿਆ ਗੁਰੂ ਗ੍ਰੰਥ ਸਾਹਿਬ ਨਿਰਾਦਰ ਵਾਸਤੇ ਉਹਨਾਂ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ ਦੂਸਰੇ ਪਾਸੇ ਕੈਪਟਨ ਮਰਿੰਦਰ ਸਿੰਘ ਸੈਕੂਲਰ ਫੇਸ ਰੱਖਦੇ ਹੋਏ ਪੰਜਾਬ ਦੇ ਸ਼ਹਿਰੀ ਗਰੁੱਪ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸੋ ਕੈਪਟਨ ਮਰਿੰਦਰ ਸਿੰਘ ਅਸਲ ਦੇ ਵਿੱਚ ਫਰੂਡ ਪੋਲੀਟੀਸ਼ਨ ਬਣ ਗਏ ਕਾਗ ਸਿਆਸਤਦਾਨ ਬਣ ਗਏ ਜਿਹੜੇ ਪਹਿਲਾਂ ਨਹੀਂ ਸੀ ਹੁੰਦੇ ਹੁਣ ਬਣੇ ਹੋਏ ਆ ਹੁਣ ਉਹ ਕਹਿੰਦੇ ਦੱਬ ਕੇ ਝੂਠ ਬੋਲੋ ਦੱਬ ਕੇ ਝੂਠ ਬੋਲ ਕੇ ਹਰੇਕ ਵਰਗ ਨੂੰ ਆਪਣੇ ਨਾਲ ਲਾ ਕੇ ਰੱਖੋ ਉਹ ਉਹਨਾਂ ਦੀ ਪਾਲਿਸੀ ਦਾ ਇੱਕ ਹਿੱਸਾ ਬਣ ਚੁੱਕਿਆ